ਪੰਜਾਬ న్యూਸ ਲਾਈਵ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਹਾਂ ਜੀ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਵਾਦਦੇ ਹਾਂ ਜੀ ਅੱਜ ਦੀ ਪਹਿਲੀ ਵੱਡੀ ਖਬਰ ਤੇ ਵੱਲ ਅਹਿਮ ਖਬਰ ਹੈ ਪੰਜਾਬ ਦੇ ਵਿੱਚ ਟੋਲ ਪਲਾਜ਼ੇ ਹਜੇ ਨਹੀਂ ਹੋਣਗੇ ਬੰਦ ਜਾਣੋ ਕੀ ਹੈ ਕਾਰਨ ਤਾਂ ਦੋਸਤੋ ਪੰਜਾਬ ਦੇ 11 ਰਾਸ਼ਟਰੀ ਮਾਰਗਾਂ ਦੇ BOT ਜੋਇਨਾ ਵਾਲੇ ਟੋਲ ਪਲਾਜ਼ਾ ਬੰਦ ਕਰਨ ਦੇ ਸਬੰਧੀ ਪੰਜਾਬ ਸਰਕਾਰ ਦੋ ਚੇਤੀ ਦੇ ਵਿੱਚ ਅਤੇ ਸਰਕਾਰ ਨੇ ਇਹਨਾਂ ਟੋਲ ਪਲਾਜ਼ਾ ਨੂੰ ਬੰਦ ਕਰਨ ਦਾ ਫੈਸਲਾ ਕਰ ਲਿਆ ਹੈ ਪਰ ਨਿਯਮਾਂ ਦੇ ਮੁਤਾਬਕ ਟੋਲ ਪਲਾਜ਼ਾ ਨੂੰ ਕਰੋੜਾ ਰੁਪਏ ਦੇ ਮੁਆਵਜ਼ੇ ਦੀ ਰਕਮ ਦੇਣਾ ਅਤੇ ਉਹਨਾਂ ਸੜਕਾਂ ਦੀ ਦੇਖਰੇਖ ਸੰਬੰਧੀ ਸੂਬਾ ਸਰਕਾਰ ਸੰਕਟ ਦੇ ਵਿੱਚ ਹੈ ਪੰਜਾਬ ਦੇ ਵੱਲੋਂ ਨਿਯੁਗਤ ਇੰਜੀਨੀਅਰ ਸਲਾਹਕਾਰ ਸੰਸਥਾਵਾਂ ਨੇ ਵੀ ਸਰਕਾਰ ਨੂੰ ਇਹ ਟੋਲ ਪਲਾਜ਼ਾ 472 ਦਿਨ ਤੋਂ 496 ਦਿਨ ਤੱਕ ਚਲਾਉਣ ਦਾ ਸੁਝਾਅ ਦਿੱਤਾ ਹੈ ਤਾਂ ਜੋ ਕਰੋਨਾ ਕਾਲ ਤੇ ਕਿਸਾਨ ਅੰਦੋਲਨ ਦੌਰਾਨ ਬੰਦ ਰਹੇ ਟੋਲ ਪਲਾਜ਼ਾ ਦੀ ਪਰਭਾਈ ਕੀਤੀ ਜਾ ਸਕੇ ਲਗਭਗ ਡੇਢ ਮਹੀਨੇ ਪਹਿਲਾਂ ਸਰਕਾਰ ਦਾ ਫੈਸਲਾ ਸੀ ਕਿ ਇੱਕ-ਇੱਕ ਕਰਕੇ ਸਾਰੇ ਪੰਜਾਬ ਦੇ ਟੋਲ ਪਲਾਜ਼ਾ ਬੰਦ ਕਰ ਦਿੱਤੇ ਜਾਣਗੇ ਕਿਸਾਨ ਧਰਮ ਨੇ ਦਾ 12ਵਾਂ ਦਿਨ ਮੁੱਖ ਮੰਤਰੀ ਮਾਨ ਦੀ ਕੋਟੀ ਦਾ ਅੱਜ ਕੀਤਾ ਜਾਵੇਗਾ ਕਿਰਾਉਤਾ ਦੋਸਤੋ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਵੱਲੋਂ ਪਿਛਲੇ 11 ਦਿਨਾਂ ਤੋਂ ਸੀਐਮਾ ਭਗਵੰਤ ਮਾਨ ਦੇ ਰਹਾਇਸ਼ੀ ਕਲੋਨੀ ਦੇ ਮੁੱਖ ਗੇਟ ਤੇ ਧਾਰਨਾ ਦਿੱਤਾ ਜਾ ਰਿਹਾ ਹੈ ਕੋਈ ਸੁਣਵਾਈ ਨਾ ਹੋਣ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਅੱਜ ਵੀਰਵਾਰ ਮੁੱਖ ਮੰਤਰੀ ਦੀ ਕੋਟੀ ਦਾ ਮੁਕੰਮਲ ਕਿਰਾਉ ਕੀਤਾ ਜਾਵੇਗਾ ਤੇ ਜਾਣਕਾਰੀ ਦੇ ਮੁਤਾਬਕ ਇਸ ਧਾਰਨੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਪਹੁੰਚ ਰਹੇ ਹਨ ਜੋਗਿੰਦਰ ਸਿੰਘ ਉਗਰਾਹਣ ਨੇ ਕਹਿ ਕੇ ਸ਼ਿੰਗਾਰਸ਼ੀ ਮੋਰਚਾ ਤੋਂ ਬਿਨਾ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਤੇ ਸ਼ਿੰਗਾਰਸ਼ ਹੀ ਹਰ ਸਮੱਸਿਆ ਦਾ ਹੱਲ ਹੈ ਤੇ ਉਹਨਾਂ ਦਾ ਕਹਿਣਾ ਕਿ ਐਸਾ ਧਾਰਨ ਦੇ ਦੌਰਾਨ ਇੱਕ ਕਿਸਾਨ ਦੀ ਜਾਨ ਵੀ ਚਲੀ ਗਈ ਆ ਪਰ ਫਿਰ ਵੀ ਸਰਕਾਰ ਨੇ ਚੁੱਪੀ ਨਹੀਂ ਤੋੜੀ ਆ ਤੇ ਧਾਰਨ ਦੇ ਵਿੱਚ ਸ਼ਿਰਕਤ ਕਰਦੇ ਕਿਸਾਨਾਂ ਦਾ ਕਹਿਣਾ ਹੈ ਕਿ ਸ਼ਿੰਗਾਰਸ਼ ਵਿਚਾਲੇ ਸ਼ਹੀਦ ਹੋਏ ਕਿਸਾਨ ਗੁਰਵਚਨ ਸਿੰਘ ਦਾ ਉਦੋਂ ਤੱਕ ਸੰਸਕਾਰ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਕਿ ਪੀੜਤ ਪਰਿਵਾਰ ਨੂੰ 10 ਲੱਖ ਦਾ ਮੁਆਵਜ਼ਾ ਪਰਿਵਾਰ ਦੇ ਜੀ ਨੂੰ ਸਰਕਾਰੀ ਨੌਕਰੀ ਤੇ ਪਰਿਵਾਰ ਦੇ ਸਹਰ ਚੜਿਆ ਕਰਜ਼ਾ ਮੁਆਫ ਨਹੀਂ ਕਰਦੀ ਜੀਰਾ ਸ਼ਰਾਬ ਫੈਕਟਰੀ ਦੇ ਵਿਰੁੱਧ ਵਿੱਚ ਲੱਗੇ ਧਰਨੇ ਦਾ ਨਵੇੜਾ ਨਾ ਕਰਨ ਤੇ ਹਾਈ ਕੋਰਟ ਦੇ ਸਰਕਾਰ ਨੂੰ ਫਟਕਾਰਾ ਤਾਂ ਦੋਸਤੋ ਫਰੋਇਪੁਰ ਦੇ ਜੀਰਾ ਦੇ ਵਿੱਚ ਮਾਲ ਬੋਰਸ ਸ਼ਰਾਬ ਫੈਕਟਰੀ ਦੇ ਬਾਹਰ ਚੱਲ ਰਹੇ ਧਾਰਨੇ ਨੂੰ ਖਤਮ ਕਰਵਾਉਣ ਦੇ ਵਿੱਚ ਆਸਫਲ ਰਹੀ ਪੰਜਾਬ ਸਰਕਾਰ ਨੂੰ ਪੰਜਾਬ ਅਤੇ ਹਰਿਆਣਾ ਨੇ ਫਟਕਾਰ ਲਾਈ ਹੈ ਹਾਈ ਕੋਰਟ ਦਾ ਕਹਿਣਾ ਹੈ ਕਿ ਅਜਿਹਾ ਲੱਗ ਰਿਹਾ ਹੈ ਕਿ ਪੰਜਾਬ ਸਰਕਾਰ ਇਸ ਮਾਮਲੇ ਨੂੰ ਨਜ਼ਰ ਅੰਦਾਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਹਾਈ ਕੋਰਟ ਨੇ ਕਹਿ ਕੇ ਧਾਰਨੇ ਦੇ ਕਾਰਨ ਫੈਕਟਰੀ ਨੂੰ ਜੋ ਨੁਕਸਾਨ ਹੋਇਆ ਤੇ ਉਸ ਦਾ ਭੁਗਤਾਨ ਕਰਨ ਦੇ ਲਈ ਪੰਜਾਬ ਸਰਕਾਰ ਪਿੱਛੇ ਨਹੀਂ ਹਟ ਸਕਦੀ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੂੰ 5 ਕਰੋੜ ਰੁਪਏ ਕੋਟ ਦੀ ਰੀਟਰੀ ਬੱਜ ਜਮ੍ਹਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਦੱਸ ਦਈਏ ਕਿ ਜਸਟਿਸ ਬినੋਦਾ ਭਾਰਤਵਾਜ ਨੇ ਇਹ ਹੁਕਮ ਮਾਲਬਰੋਸਾ ਇੰਟਰਨੈਸ਼ਨਲ ਫੈਕਟਰੀ ਦੇ ਵੱਲੋਂ ਧਾਇਰ ਕੀਤੇ ਪਟੀਸ਼ਨ ਤੇ ਸੁਣਵਾਈ ਕਰਦਿਆ ਜਾਰੀ ਕੀਤਾ ਸੀਐਮ ਮਾਨ ਦੇ ਵੱਲੋਂ ਬੇਰਕਾ ਦਾ ਵਿਸਤਾਰ ਦਿੱਲੀ ਤੱਕ ਕਰਨ ਦਾ ਐਲਾਨ 2 ਲੱਖ ਲੀਟਰਾਂ ਕੀਤੀ ਜਾਵੇਗੀ ਦੁੱਧ ਦੀ ਸਪਲਾਈ ਜੀहां ਦੋਸਤੋ ਸੂਬਾ ਸਰਕਾਰ ਰਾਜ ਦੀ ਮੋਰੀ ਸਹਿਕਾਰੀ ਸੰਸਥਾ ਮਹਿਲਕਾ ਫੈਡ ਦੀ ਦਿੱਲੀ ਨੂੰ ਹੁੰਦੀ ਦੁੱਧ ਦੀ ਸਪਲਾਈ ਨੂੰ ਮੌਜੂਦਾ 30000 ਲੀਟਰ ਤੋਂ ਵਧਾ ਕੇ 2 ਲੱਖ ਲੀਟਰ ਕਰਨ ਦੇ ਲਈ ਅੰਥਕਾ ਕੋਸ਼ਿਸ਼ਾਂ ਕਰ ਰਹੀ ਹੈ ਤਾਂ ਕਿ ਪੰਜਾਬ ਦੇ ਕਿਸਾਨਾਂ ਦੁੱਧ ਉਤਪਾਦਕਾਂ ਨੂੰ ਵੱਡਾ ਲਾਭ ਮਿਲੇ ਤੇ ਇਹ ਸ਼ਬਦ ਮਿਰਕਾ ਪਲਾਂਟ ਵਿੱਚ ਨਵੇਂ ਬਣੇ ਮਿਲਕਾ ਪ੍ਰੋਸੈਸਿੰਗ ਅਤੇ ਬਟਰ ਪਲਾਂਟ ਦਾ ਉਦਘਾਟਨ ਕਰਨ ਮੱਗੋਂ ਮੱਖ ਮੰਤਰੀ ਭਗਵੰਤ ਮਾਨ ਨੇ ਕਹੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਇੱਕ ਕ੍ਰਾਂਤੀਕਾਰੀ ਕਦਮ ਹੈ ਜਿਸ ਦਾ ਉਦੇਸ਼ ਕਿਸਾਨਾਂ ਨੂੰ ਖੇਤੀ ਸੰਕਟ ਦੇ ਵਿੱਚੋਂ ਕੱਢਣ ਦੇ ਲਈ ਉਹਨਾਂ ਦੇ ਆਮਦਨ ਦੇ ਵਿੱਚ ਵਾਧਾ ਕਰਨਾ ਹੈ ਤੇ ਮੁੱਖ ਮੰਤਰੀ ਨੇ ਕਿਆ ਕਿ ਸੁਭਾ ਸਰਕਾਰ ਨੇ ਇਸ ਸਬੰਧ ਦੇ ਵਿੱਚ ਦਿੱਲੀ ਸਰਕਾਰ ਦੇ ਨਾਲ ਸਮਝੌਤਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇਸ ਸਮਝੌਤੇ ਦੇ ਤਹਿਤ ਬੀਰ ਕਾ ਦੁੱਧ ਅਤੇ ਦੁੱਧ ਉਤਪਾਦਾਂ ਦੀ ਸਪਲਾਈ ਦੇ ਲਈ ਦਿੱਲੀ ਦੇ ਹਰ ਕੋਨੇਰੇ ਵਿੱਚ ਨਵੇਂ ਬੂਥ ਖੋਲੇਗਾ ਤੇ ਭਗਵੰਤ ਮਾਨ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਦਾ ਇੱਕੋ ਇੱਕਾ ਮੰਤਵ ਸਹਿਕਾਰਤਾ ਦੀ ਅਸਲ ਭਾਵਨਾ ਦੇ ਉੱਤੇ ਚੱਲਦਿਆ ਪੰਜਾਬ ਦੇ ਡੇਰੀ ਕਿਸਾਨ ਨੂੰ ਵੱਧ ਤੋਂ ਵੱਧ ਸਹਿਯੋਗ ਅਤੇ ਵਧੀਆ ਭਾਅ ਦੇਣਾ ਹੈ। ਹੈਲਮਟ ਆ ਪਾਉਣ ਦੇ ਬਾਵਜੂਦਾ ਕੱਟਿਆ ਜਾਵੇਗਾ 2000 ਰੁਪਏ ਦਾ ਚਲਾਨ ਵੇਖੋ ਨਵੇਂ ਨਿਯਮ ਜੀਹਾਂ ਦੋਸਤੋ ਦੁਪਈਆ ਬਹਣ ਸਵਾਰਾਂ ਦੇ ਲਈ ਵੱਡੀ ਖਬਰ ਹੈ ਜੇਕਰ ਤੁਸੀਂ ਹੈਲਮਟ ਪਹਿਨਦੇ ਹੋਤਾ ਵੀ 2000 ਰੁਪਏ ਦਾ ਟ੍ਰੈਫਿਕ ਚਲਾਨ ਕੱਟਿਆ ਜਾ ਸਕਦਾ ਹੈ। ਨਵੇਂ ਟ੍ਰੈਫਿਕ ਨਿਯਮਾਂ ਦੇ ਅਨੁਸਾਰ ਨਿਯਮ 194D MVA ਦੇ ਅਨੁਸਾਰ ਤੁਹਾਡਾ 1000 ਰੁਪਏ ਦਾ ਚਲਾਨ ਜੇ ਤੁਸੀਂ ਨਾਕਸਾਦਾਰ ਹੈਲਮਟ ਬਿਨਾ BIS ਪਹਿਨਦੇ ਹੋ ਤਾਂ 194 DMVA ਦੇ ਅਨੁਸਾਰ ਤੁਹਾਨੂੰ 1000 ਰੁਪਏ ਦਾ ਚਲਾਨ ਕੱਟਿਆ ਜਾ ਸਕਦਾ ਹੈ ਅਜਿਹੇ ਬੱਚਾ ਹੈਲਮਟ ਪਹਿਨਣ ਦੇ ਬਾਵਜੂਦ ਨਵੇਂ ਨਿਯਮਾਂ ਦੀ ਪਾਲਣਾ ਨਾ ਕਰਨ ਤੇ ਤੁਹਾਨੂੰ 2000 ਰੁਪਏ ਦੇ ਚਲਾਨ ਦਾ ਭੁਗਤਣਾ ਪੈ ਸਕਦਾ ਹੈ ਤੇ ਤੁਹਾਡਾ ਸਾਡਾ ਉਦੇਸ਼ ਤੁਹਾਨੂੰ ਟ੍ਰੈਪ ਕਨੈਜਮਾਂ ਦੇ ਬਾਰੇ ਜਾਣਕਾਰ ਦੇ ਕੇ ਤੁਹਾਨੂੰ ਜਾਗਰੂਕ ਕਰਨਾ ਤਾਂ ਜੋ ਛੜਕੀ ਹਾਦਸਿਆਂ ਨੂੰ ਵੀ ਰੋਕਿਆ ਜਾ ਸਕੇ ਪੇਦ ਭਰੇ ਹਾਲਾਤਾਂ ਦੇ ਵਿੱਚ ਗੋਲੀ ਲੱਗਣ ਦੇ ਨਾਲ ਡੀਐਸਪੀ ਗगनਦੀਪ ਆਪੂਲਰ ਦੇ ਮੌਤਾ ਤਾਂ ਦੋਸਤੋ ਨਾਬਰੇ ਵਿੱਚ ਆਪਣੇ ਘਰ ਦੇ ਵਿੱਚ ਦੇਰ ਰਾਤ ਡੀਐਸਪੀ ਗगनਦੀਪ ਸੰਘਾ ਪੂਲਰ ਦੇ ਸਿਰ ਦੇ ਵਿੱਚ ਗੋਲੀ ਵੱਜਣ ਦੇ ਨਾਲ ਮੌਤ ਹੋ ਗਿਆ ਤੇ ਗगनਦੀਪ ਸੰਘਾ ਕਮਾਂਡੋ ਸੈਂਟਰ ਬਹਾਦਰਗੜ੍ਹ ਦੇ ਵਿੱਚ ਤਾਇਨਾਤ ਸੀ ਹਾਲਕ ਗੋਲੀ ਚਲੰਦੇ ਕਾਰਨਾਂ ਦੇ ਬਾਬਤ ਹਜੇ ਕੋਈ ਵੀ ਖੁਲਾਸਾ ਨਹੀਂ ਹੋਇਆ ਪਰ ਸ਼ੁਰੂਆਤੀ ਜਾਂਚ ਦੇ ਮੁਤਾਬਕ ਇਹ ਗੋਲੀ ਬੱਤੀ ਬੋਰ ਦੇ ਰਿਵਲਵਰ ਦੇ ਵਿੱਚੋਂ ਚੱਲੇ ਅਤੇ ਡੀਐਸਪੀ ਦੇ ਸਿਰ ਦੇ ਵਿੱਚ ਵੱਜੀ ਦੱਸੀ ਜਾ ਰਹੀ ਹੈ। ਇਸ ਦੇ ਮੁਤਾਬਕ ਜਾਂਚ ਅਧਿਕਾਰੀਆਂ ਨੇ ਗੋਲੀ ਲੱਗਣ ਦੇ ਨਾਲ ਮੌਤ ਹੁੰਦੀ ਪੁਸ਼ਟੀ ਕੀਤੀ ਹੈ ਪਰ ਹਲੇ ਤੱਕ ਇਹਦੇ ਕਾਰਨਾਂ ਦੇ ਬ੍ਰੀਕੀ ਦੇ ਨਾਲ ਖੋਖਾ ਕੀਤੀ ਜਾ ਰਹੀ ਹੈ ਤੇ ਜਿਸ ਦਾ ਜੇਕਰ ਕਰ ਦੱਸ ਰਹੀ ਹੈ ਕਿ ਡੀਐਸਪੀ ਗਗਨਦੀਪ ਸਿੰਘਾ ਪੁੱਲਰ ਆਣ ਵਿਆਹ ਸ ਤੇ ਘਟਨਾ ਦੇ ਮੌਕੇ ਉਹ ਘਰ ਦੇ ਵਿੱਚ ਇਕੱਲਾ ਹੀ ਸੀ ਐਸਬੀਆਈ ਐਚਡੀਐਫਸੀ ਅਤੇ ਆਈਸੀਆਈ ਸੀਆਈ ਬੈਂਕ ਦੇ ਗਾਕਾਂ ਦੇ ਲਈ ਕੰਮ ਦੀ ਖਬਰ ਵਿੱਤ ਮੰਤਰੀ ਨੇ ਕੀਤਾ ਵੱਡਾ ਐਲਾਨ ਤਾਂ ਦੋਸਤੋ ਬੈਂਕਾਂ ਗਾਕਾਂ ਦੇ ਲਈ ਅਹਿਮ ਖਬਰ ਹੈ ਜੇ ਤੁਸੀਂ ਵੀ ਬੈਂਕ ਤੋਂ ਲੋਨ ਲੈਣ ਦੀ ਯੋਜਨਾ ਬਣਾ ਰਹੇ ਹੋ ਤਾਂ ਹੁਣ ਤੁਹਾਨੂੰ ਲੋਨ ਲੈਣ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 뱅킹ਾ ਪ੍ਰਣਾਲੀ ਦੇ ਲਈ ਕੁਝ ਵਿਸ਼ੇਸ਼ ਨਿਰਦੇਸ਼ ਦਿੱਤੇ ਹੰਤੇ ਗਾਹਕਾਂ ਦੀ ਸਹੂਲਤ ਦੇ ਮੱਦੇਨਜ਼ਰ ਵਿੱਤ ਮੰਤਰੀ ਨੇ ਬੈਂਕਾਂ ਨੂੰ 뱅ਕਿੰਗਾ ਪ੍ਰਣਾਲੀ ਨੂੰ ਹੋਰ ਸਰਲ ਬਣਾਉਣ ਦੇ ਹੁਕਮ ਦਿੱਤੇ ਹਨ ਤਾਂ ਜੋ ਗਾਹਕ ਭਰ ਤੋਂ ਬਾਅਦ ਬੈਂਕ ਦੇ ਨਾਲ ਜੁੜ ਸਕਣ ਦਰਸਲ ਵਿੱਤ ਮੰਤਰੀ ਨੇ ਕਿਹਾ ਹੈ ਕਿ ਬੈਂਕਾਂ ਨੂੰ ਹੋਰ ਧਿਆਨ ਦੇਣ ਦੀ ਲੋੜ ਹੈ ਤੇ ਹੱਦ ਦੀ ਲੋੜ ਹੈ ਤਾਂ ਜੋ ਕਰਜ਼ਾ ਲੈਣਾ ਵਾਲੇ ਨੂੰ ਆਸਾਨ ਬਣਾਇਆ ਜਾ ਸਕੇ ਤੇ ਵਿੱਤ ਮੰਤਰੀ ਨੇ ਬੈਂਕਾਂ ਨੂੰ ਸੁਝਾਅ ਦਿੱਤਾ ਹੈ ਕਿ ਗਾਹਕਾਂ ਨੂੰ ਕਰਜ਼ਾ ਦੇਣ ਦੇ ਮਾਪ ਦੰਡ ਸੇਤਮਾਨ ਦਾ ਅਰੱਕੇ ਜਾਣ ਦਰਸਾਲ ਕੁਝ ਦਿਨ ਪਹਿਲਾਂ ਉਦਯੋਗਾਂ ਦੇ ਪ੍ਰਤੀਨਿਧਾਂ ਅਤੇ ਵਿੱਤ ਮੰਤਰੀ ਵਿਚਾਲੇ ਹੋਈ ਇੱਕ ਅਹਿਮ ਬੈਠਕ ਦੇ ਵਿੱਚ ਇਹ ਸੁਝਾਅ ਦਿੱਤਾ ਗਿਆ ਸੀ ਇਸ ਮੀਟਿੰਗ ਦੇ ਵਿੱਚ ਆ ਵਿੱਤ ਮੰਤਰੀ ਨੇ ਬੈਂਕਾਂ ਨੂੰ ਕਿਹਾ ਕਿ ਉਹ ਗਾਹਕਾਂ ਨੂੰ ਅੰਸ਼ਕਲ ਸਹੂਲਤ ਦੇਣ ਦੇ ਮਾਮਲੇ ਨੂੰ ਲਾਗੂ ਕਰਨ ਇਸ ਦੇ ਨਾਲ ਐਸ ਐਸ ਬੀ ਆਈ ਐਚ ਡੀ ਐਫ ਸੀ ਅਤੇ ਆਈ ਸੀ ਆਈ ਸੀ ਆਈ ਸਣੇ ਸਾਰੇ ਬੈਂਕਾਂ ਦੇ ਗਾਹਕਾਂ ਨੂੰ ਫਾਇਦਾ ਹੋਵੇਗਾ ਤੇ ਦੂਜੇ ਪਾਸੇ ਐਸਬੀਆਈ ਦੇ ਚੇਅਰਮੈਨ ਦਿਨੇਸ਼ ਕੁਮਾਰ ਖਾਰਾ ਦਾ ਕਹਿਣਾ ਹੈ ਕਿ ਸਟਾਰਟਅਪ ਦੀ ਚਿੰਤਾ ਵਧੇਰੇ ਕੁਆਲਿਟੀ ਨੂੰ ਲੈ ਕੇ ਹੈ ਫੰਡ ਲੈਪਸ ਨਹੀਂ ਹੋਣੇ ਚਾਹੀਦੇ ਵਿਕਾਸ ਕਾਰਜਾਂ ਦੀ ਮੱਠੀ ਰਫਤਾਰ ਨੂੰ ਗੰਭੀਰਤਾ ਦੇ ਨਾਲ ਲਿਆ ਜਾਵੇਗਾ ਚੀਮਾ ਜੀ ਹਾਂ ਦੋਸਤੋ ਪੰਜਾਬ ਦੇ ਬਤ ਜੋ ਇਹਨਾਂ ਆਫਕਾਰੀਅਤ ਤੇ ਕਰ ਮੰਤਰੀ ਐਡਵੋਕੇਟ ਹਰਬਾਲ ਸਿੰਘ ਚੀਮਾ ਨੇ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਹੈ ਕਿ ਬਕਬਕ ਵਿਕਾਸ ਪ੍ਰੋਜੈਕਟਾਂ ਤੇ ਭਲਾਈ ਸਕੀਮਾਂ ਦੇ ਲਈ ਮੁਹੱਈਆ ਕਰਵਾਏ ਗਏ ਫੰਡਾਂ ਦੇ ਸਮੇ ਸਰਭਾਰਤ ਨੂੰ ਯਕੀਨੀ ਬਣਾਉਣ ਤਾਂ ਜੋ ਸੁਭਰੇ ਅਨੁਸਾਰ ਪੱਕੇ ਵਿਕਾਸ ਦੇ ਵਿੱਚ ਤੇਜ਼ੀ ਲਿਆਂਦੀ ਜਾ ਸਕੇ ਉਹਨਾਂ ਨੇ ਕਿਹਾ ਕਿ ਵਿਕਾਸ ਕਾਰਜਾਂ ਦੀ ਮੱਠੀ ਰਫਤਾਰ ਜਾਂ ਭਲਾਈ ਸਕੀਮਾਂ ਦੀ ਸਪੁਰਦਗੀ ਦੇ ਵਿੱਚ ਦੇਰੀ ਦੇ ਕਾਰਨ ਫੰਡਾਂ ਦੇ ਅਣ ਵਰਤੇ ਰਹੇ ਜਾਣ ਦੇ ਮੁੱਦੇ ਨੂੰ ਗੰਭੀਰਤਾ ਦੇ ਨਾਲ ਵਿਚਾਰਿਆ ਜਾਵੇਗਾ ਅਦਾਲਤ ਨੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੂੜਾ ਨੂੰ ਰੋਪੜਾ ਜੇਲ੍ਹ ਭੇਜਿਆ ਤਾਂ ਦੋਸਤੋ ਪੰਜਾਬ ਪੁਲਿਸ ਦੇ ਏਆਈਜੀ ਨੋ 50 ਲੱਖ ਰੁਪਏ ਦੇ ਰੈਸ਼ਵਾਤਾ ਦੇਣ ਦੇ ਮਾਮਲੇ ਦੇ ਵਿੱਚ ਫਸੇ ਸਾਬਕਾ ਅਧਿయోగ ਮੰਤਰੀ ਸ਼ੁੰਦਰ ਸ਼ਾਮ ਅਰੂੜਾ ਨੂੰ ਕਾਲ ਮਹਾਲੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਹਦਰਾਨ ਅਦਾਲਤ ਨੇ ਉਹਨਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਦਿੱਤੇ ਹਨ ਉਹਨਾਂ ਨੂੰ ਮੈਡੀਕਲ ਦੇ ਉਪਰੰਤ ਰੋਪੜ ਜੇਲ੍ਹ ਭੇਜਤਾ ਗਿਆ ਤੇ ਵਿਜੀਲੈਂਸ ਨੇ ਸਾਬਕਾ ਮੰਤਰੀ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ ਪਰ ਬਚਾਅ ਪੱਖ ਦੇ ਵਕੀਲ ਐਚਐਸ ਤਨੂਆ ਨੇ ਉਲਾ ਸਰ ਮਾਂਡ ਦਾ ਵਿਰੋਧ ਕਰਦੇ ਆ ਕਿਹਾ ਕਿ ਟਰੈਪ ਕਿਸ ਦੇ ਵਿੱਚ ਦੁਬਾਰਾ ਰਿਮਾਂਡ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ 플ੋਰ ਦੇ ਐਮ ਐਲ ਏ ਐਸ ਡੀ ਐਮ ਦਫ਼ਤਰ ਅਤੇ ਸੁਵਿਧਾ ਕੇਂਦਰਸ ਅਨੇ ਕੱਟੇ ਕਈਆਂ ਦੇ ਕਨੈਕਸ਼ਨਾਂ ਜੀ ਹਾਂ ਦੋਸਤੋ ਬਿਜਲੀ ਵਿਭਾਗ ਇਸ ਸਮੇਂ ਪੂਰੇ ਐਕਸ਼ਨਾ ਮੂੜ ਦੇ ਵਿੱਚ ਆ ਤੇ ਡਿਫਾਲਟਰਾਂ ਦੇ ਖਿਲਾਫ ਵੱਡੀ ਕਾਰਵਾਈ ਕਰ ਰਿਹਾ ਤੇ ਗੱਲ ਕੀਤੀ ਜਾਵੇ ਸਬ ਡਿਵੀਜ਼ਨਲ ਪੀਐਸਾ ਪੀਸੀਐਲ ਗੁਰਾਇਆਂ ਦੇ ਅਧੀਨ ਆਉਂਦੇ ਸਭ ਤਹਿਸੀਲ ਗੁਰਾਇਆਂ ਫਲੋਰਾ ਅਪਰਾ ਦਿੱਤਾ ਹ데요ਦੀਨ ਆਉਣ ਵਾਲੇ ਸਰਕਾਰੀ ਦਫ਼ਤਰਾਂ ਸਕੂਲਾਂ ਤੇ ਸੁਵਿਧਾ ਕੇਂਦਰਾਂ ਦੇ ਵੱਲ ਮਹਿਕਮੇ ਦਾ ਲੱਖਾਂ ਰੁਪਇਆ ਬਕਾਇਆ ਬਿਜਲੀ ਦਾ ਬਿੱਲ ਖੜਾ ਹੈ ਜਿਸ ਤੇ ਬੁੱਧਵਾਰ ਵਿਭਾਗ ਨੇ ਕਾਰਵਾਈ ਕਰਦਿਆਂ ਬਿਜਲੀ ਦੇ ਕਨੈਕਸ਼ਨਾਂ ਕੱਟ ਦਿੱਤੇ ਹਨ ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆ ਪੀਐਸਾ ਪੀਸੀਐਲ ਦਾ ਦਫ਼ਤਰ ਗੁਰਾਇਆਂ ਦੇ ਐਕਸੀਆ ਨਾ ਹਰਦੀਪ ਕੁਮਾਰ ਅਤੇ ਐਸਡੀਓ ਫਲੋਰ ਅਵਤਾਰ ਸਿੰਘ ਨੇ ਦੱਸਾਇਆ ਕਿ ਹਲਕਾ ਫਲੋਰ ਤੋਂ ਵਿਧਾਇਕ ਦੇ ਕੋਠੇ ਦਾ ਲੱਖ ਰੁਪਏ ਬਿੱਲੇ ਦਾ ਬਿਲ ਬਕਾਇਆ ਖੜਾ ਹੈ ਤੇ ਸਬ ਤਹਿਸੀਲ ਗੁਰਾ ਅਤੇ ਪਟਵਾਰਖਾਨੇ ਦੇ ਬਾਲਾ ਕਰੀਬ 14 ਲੱਖ ਰੁਪਏ ਦਾ ਬਕਾਇਆ ਖੜਾ ਹੈ ਤੇ ਇਸ ਤੋਂ ਬਾਅਦ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਬਾਹਰੀ ਸੂਬੇ ਤੋਂ ਝੋਨੇ ਦੀ ਆਮਦ ਨੂੰ ਰੋਕਣ ਦੇ ਲਈ ਪੁਲਿਸ ਨੇ ਕੀਤੇ ਨਾਕਾਬੰਦੀ ਤਾਂ ਦੋਸਤੋ ਸੂਰਜਾ ਭਾਨ ਤਲਵੰਡੀ ਸਾਬੋ ਆਪ ਪੰਜਾਬ ਦੇ ਕਿਸਾਨ ਦਿਨ ਰਾਤ ਮਿਹਨਤ ਕਰਕੇ ਫਸਲਾਂ ਤਿਆਰ ਕਰਦੇ ਹਨ ਪਰ ਜਦੋਂ ਇਹ ਫਸਲਾਂ ਤਿਆਰ ਹੋ ਕੇ ਮੰਡੀ ਦੇ ਵਿੱਚ ਆ ਲਿਆਂਦੀਆਂ ਜਾਂਦੀਆਂ ਜਾਂਦੀਆਂ ਹਨ ਤਾਂ ਅਕਸਰ ਹੀ ਦੇਖਣ ਦੇ ਵਿੱਚ ਆਉਂਦਾ ਕਿ ਬਾਹਰੀ ਸੂਬਿਆਂ ਤੋਂ ਕਿਸਾਨ ਆ ਪੜਾਂ ਫਸਲਾਂ ਲਿਆ ਕੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਵੇਚਦੇ ਹਨ ਜਿਸ ਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਕਾफी ਨੁਕਸਾਨ ਹੁੰਦਾ ਹੈ ਤੇ ਕਈ ਵਾਰ ਉਹਨਾਂ ਦੀਆਂ ਫਸਲਾਂ ਵੀ ਵੇਚਣ ਨੂੰ ਰਹਿ ਜਾਂਦੀਆਂ ਹਨ ਤੇ ਇਸ ਤਰ੍ਹਾਂ ਉਹਨਾਂ ਨੂੰ ਵੱਡਾ ਨੁਕਸਾਨ ਚੱਲਣਾ ਪੈਂਦਾ ਹੈ ਅੱਜ ਇਹਾ ਕੁਝ ਨਾ ਹੋਵੇ ਤੇ ਹਦਲੇ ਪੁਲਿਸ ਨੇ ਕਾਮਰ ਕਾਸਲੀਆ ਦਰਸਲ ਬਠਿੰਡਾ ਦੇ ਵਿੱਚ ਪੁਲਿਸ ਨੇ ਸਪੈਸ਼ਲ ਨਾਕੇ ਲਗਾਏ ਹਨ ਤੇ ਇਸ ਵਾਰ ਜੋ ਕਿਸਾਨ ਬਾਰੀ ਸੂਬਿਆਂ ਤੋਂ ਜਿਵੇਂ ਕਿ ਰਾਜਸਥਾਨ ਅਤੇ ਹਰਿਆਣਾ ਤੋਂ ਝੋਨਾ ਲੈ ਕੇ ਆ ਰਹੇ ਹਨ ਤੇ ਉਹਨਾਂ ਨੂੰ ਰੋਕਿਆ ਜਾ ਸਕੇ ਤੇ ਗਵਾਂਡੀ ਸੂਬਿਆਂ ਤੋਂ ਆਉਣ ਵਾਲੇ ਝੋਨੇ ਨੂੰ ਰੋਕਣ ਦੇ ਲਈ ਕੜੀ ਨਾਕਾਬੰਦੀ ਕੀਤੀ ਗਈ ਹੈ ਪਸ਼ੂ ਕਿਸਾਨ ਕ੍ਰੈਡਿਟ ਕਾਰਡ ਸਕੀਮਾ ਕੀ ਹੈ ਲਾਭ ਕੀ ਹਨ ਆਨਲਾਈਨ ਅਪਲਾਈ ਕਿਵੇਂ ਕਰਨਾ ਹੈ ਜਾਣੋ ਸਭ ਕੁਝ ਹਤਾ ਦੋਸਤੋ ਪਸ਼ੂ ਪਾਲਣ ਕਿਸਾਨ ਕ੍ਰੈਡਿਟ ਕਾਰਡ ਸਕੀਮ ਆਪਾਰਤਾ ਸਰਕਾਰ ਦੇ ਵੱਲੋਂ ਸਾਰੇ ਪਸ਼ੂ ਪਾਲਕਾਂ ਦੇ ਲਈ ਸ਼ੁਰੂ ਕੀਤੀ ਗਈ ਇਸ ਤੇ ਐਸਾ ਕਾਰਡ ਦਾ ਉਦੇਸ਼ ਪਸ਼ੂ ਪਾਲਣਾ ਬਾ ਕਰਨ ਵਾਲੇ ਕਿਸਾਨਾਂ ਦੇ ਕਾਰੋਬਾਰ ਦੇ ਵਿਸਤਾਰ ਦੇ ਵਿੱਚ ਮਦਦ ਕਰਨਾ ਹੈ ਤੇ ਕਿਸਾਨ ਪਸ਼ੂ ਪਾਲਣ ਮੱਛੀ ਪਾਲਣ ਦੇ ਕੰਮ ਦੇ ਵਿੱਚ ਦਰਪੇਸ਼ ਬਕਵਾਕ ਲੋੜਾਂ ਨੂੰ ਪੂਰਾ ਕਰਨ ਦੇ ਲਈ ਐਸਾ ਕਾਰਡ ਦੀ ਵਰਤੋਂ ਕਰ ਸਕਦੇ ਹਨ ਇਸ ਸਕੀਮ ਦਾ ਲਾਭ ਸਿਰਫ ਉਨਾ ਕੇ ਸਾਨਣੋ ਮਿਲੇਗਾ ਜੋ ਗਾਂ ਬੱਕਰੀ ਮੱਝ ਮੁਰਗੀ ਜਾਂ ਮੱਛੀ ਪਾਲਣ ਦਾ ਕੰਮ ਕਰਦੇ ਹਨ ਤੇ ਇਸ ਸਕੀਮ ਦੇ ਤਹਿਤ ਸਰਕਾਰ ਪਸ਼ੂ ਪਾਲਕਾਂ ਨੂੰ 3 ਲੱਖ ਰੁਪਏ ਤੱਕ ਦਾ ਕਰਜ਼ਾ ਦਿੰਦੀ ਹੈ ਤੇ 1.6 ਲੱਖ ਰੁਪਏ ਤੱਕ ਦੇ ਲੋਨ ਦੇਲੇ ਕਿਸੇ ਗਾਰੰਟੀ ਦੀ ਲੋੜ ਨਹੀਂ ਹੈ ਤੇ ਸਰਕਾਰ ਇੱਕ ਮੱਝ ਦੇ ਲਈ 60000 ਰੁਪਏ ਗਾਂ ਦੇ ਲਈ 40000 ਰੁਪਏ ਮੁਰਗੇ ਦੇ ਮੁਰਗੀ ਦੇ ਲਈ 700 ਰੁਪਏ ਤੇ ਬੱਕਰੀ ਦੇ ਲਈ 4000 ਰੁਪਏ ਕਰਜ਼ਾ ਦਿੰਦੀ ਹੈ ਦਿੱਲੀ ਵਿੱਚ ਦੀਵਾਲੀ ਤੋਂ ਪਹਿਲਾਂ ਸਖਤੇ ਪਟਾਕੇ ਚਲਾਉਣਾ ਵਾਲਿਆਂ ਨੂੰ ਜਾਣਾ ਪੈ ਸਕਦਾ ਹੈ ਜੇਲਾ ਤਾਂ ਦੋਸਤੋ ਦਿੱਲੀ ਦੇ ਵਿੱਚ ਪਟਾਕਿਆਂ ਤੇ ਪਹਿਲਾਂ ਹੀ ਪਾਬੰਦੀ ਲਾ ਦਿੱਤੀ ਗਿਆ ਤੇ ਹੁਣ ਸਰਕਾਰ ਨੇ ਇੱਕ ਹੋਰ ਫਰਮਾਨ ਜਾਰੀ ਕਰਕੇ ਜੁਰਮਾਨੇ ਦਾ ਵੀ ਐਲਾਨ ਕਰ ਦਿੱਤਾ ਹੈ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਬੁੱਧਵਾਰ ਨੂੰ ਕਹਿ ਕੇ ਦਿੱਲੀ ਦੇ ਵਿੱਚ ਦੀਵਾਲੀ ਤੇ ਪਟਾਕੇ ਚਲਾਉਣ ਤੇ 6 ਮਹੀਨੇ ਦੀ ਜੇਲ੍ਹ ਅਤੇ 200 ਰੁਪਏ ਜੁਰਮਾਨਾ ਹੋ ਸਕਦਾ ਹੈ ਗੋਪਾਲ ਰਾਏ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਰਾਜਤਾਨੀ ਦੇ ਬੱਚਾ ਪਟਾਕਿਆਂ ਦੇ ਉਤਪਾਦਨ ਭੰਡਾਰਨ ਅਤੇ ਵਿਕਰੀ ਤੇ ਵਿਸਪੋਟਕਾ ਐਕਟ ਦੀ ਧਾਰਾ 9ਬੀ ਦੇ ਤਹਿਤ 5000 ਰੁਪਏ ਤੱਕ ਜੁਰਮਾਨਾ ਤੇ 3 ਸਾਲ ਦੀ ਜੇਲ੍ਹ ਹੋਵੇਗੀ